हर तेरी सुन सुन होवे परम गत मेरी सुन सुन होवे परम गत मेरी। गुरु रूप गुरु प्यारी सतसंगत जीओ गुरु फतेह प्रवान करो वाहिगुरू जी का खालसा वाहिगुरू जी की फतेह। गुरु नानक साहिब दी ए अजीम रचना मांझ की वार तीजी पौड़ी है ते नाल दो सलोक हैं। जो प्रथम सलोक है वो गुरु अंगद देव साहिब दा ते दूजा भी गुरु अंगद देव साहिब। गुरु नानक साहिब दी संगत करदियां करदियां आप जी नू जो अनुभव होया बस उसे दा इजार है बाणी विच जो अपना निज अनुभव है। इस करके महापुरशां दे बोल हन कि गुरबाणी गुरु साहिबान दा अनुभव है। क्योंकि एक गल हुंदी है बस कह देनी कथनी कुछ होर होवे करनी कुछ होर होवे और एक बोल ऐसा हुंदा है जो कथनी करनी इक्को वर्गी इक्को वर्गी। गुरु अंगद देव साहिब कहंदे हन अखी बाझों वेखना विणकन्ना सुनना। जदों ये सलोक आप जी सुनोगे तो ऐसा लगेगा कि बहुत गहरे रहस्य की गल हो रही है। अखी बाजों वेखना विण कन्ना सुनना पैरां बाजों चलना विण हत्था करना जीभे बाजों बोलना इउं जीवत मरना। नानक हुकम पछाण कै तौं खस मैं मिलना। किसी ने सवाल कर लिया होना कि रब किस तरह मिलेगा खसम किस तरह मिलेगा। क्योंकि धर्म दी दुनिया विच ये सवाल बहुत मायने रखता है बहुत मायने कि रब किस तरह मिलेगा। साधना कर कर के थक गए गल नहीं बने कोई दसे। गुरु अंगद देव साहिब महाराज कहंदे ने कि जे किधरे साहिब नू मिलना है तो फिर एक कम तेनू करना पेगा वो है नानक जीवतियां मर रही है। ये किस तरह होवे जीवित भी रही है तो फिर मर के भी रही है। जींदे जी मार देना अपने आप नू वो किस तरह होंदा है किस तरह मारना होंदा अपने आप नू जींदे जी ये सवाल है। सवाल का जवाब ये देंदे ने धन गुरु अंगद देव साहिब जी अखीं बाझों वेखना। रब नू देखना चाहुंदा है बगैर अखां दे रब नू सुनना चाहुंदा है बगैर कन्ना दे रब नू बोलना चाहुंदा है बगैर रसना दे और रब दे मार्ग ते तुरना चाहुंदा है बगैर पैरां दे और कुछ करना चाहुंदा है बगैर हत्थां दे। आप जी ने कहना है तो पहली एक बुझारत है पर देखण विच बुझारत है सुनने विच बुझारत है पर गल बहुत स्पष्ट है। जितनी गुझी गल है अर्थ उतना ही स्पष्ट है।
ਤਾਂ ਆਪ ਜੀ ਕੀ ਕਹਿੰਦੇ ਨੇ ਕਿ ਇਹਨਾਂ ਅੱਖਾਂ ਦੇ ਨਾਲ ਜੋ ਕੁਛ ਦੇਖਣਾ ਹੈ ਉਹਦੇ ਵਿੱਚ ਕੋਈ ਗਲਤ ਨਾ ਹੋਵੇ, ਕੋਈ ਵਿਕਾਰ ਨਾ ਹੋਵੇ, ਕੋਈ ਗੁਨਾਹ ਨਾ ਹੋਵੇ। ਜਗਤ ਨੂੰ ਦੇਖ ਪਰ ਗੁਨਾਹ ਦੇ ਨਾਲ ਨਾ ਦੇਖ, ਕਿਉਂਕਿ ਇੱਕ ਆਲਮ ਦਾ ਕਹਿਣਾ ਹੈ ਕਿ ਜੋ ਨਿਗਾਹੋਂ ਮੈਂ ਦੋਸ਼ ਰੱਖਤੇ ਹੈਂ ਹਮ ਉਨਕੋ ਦਿਲ ਸੇ ਦੂਰ ਰੱਖਤੇ ਹੈਂ। ਤੂੰ ਜਗਤ ਨੂੰ ਦੇਖ ਪਰ ਇਹਦੇ ਵਿੱਚ ਦੋਸ਼ ਨਾ ਹੋਵੇ। ਇਸ ਨੂੰ ਕਹਿੰਦੇ ਨੇ ਅੱਖੀਂ ਬਾਝੋਂ ਵੇਖਣਾ। ਅੱਖਾਂ ਨਾਲ ਗਲਤ ਨਾ ਵੇਖ ਤਾਂ ਤੂੰ ਰੱਬ ਨੂੰ ਦੇਖ ਸਕਦਾ ਹੈ। ਵਿਣ ਕੰਨਾਂ ਸੁਣਨਾ, ਇਹਨਾਂ ਕੰਨਾਂ ਦੇ ਨਾਲ ਤੂੰ ਕਿਸੇ ਦੀ ਨਿੰਦਾ ਨਾ ਸੁਣ। ਔਰ ਇੱਕ ਮੈਂ ਅਰਜ ਕਰਾਂ, ਕਿਸੇ ਦੀ ਨਿੰਦਾ ਸੁਣਨੀ ਅਤੇ ਕਰਨੀ ਵੀ ਗਲਤ ਹੈ, ਔਰ ਕਿਸੇ ਦੀ ਤਾਰੀਫ ਸੁਣਨੀ ਅਤੇ ਕਰਨੀ ਵੀ ਗਲਤ ਹੈ। ਤਾਰੀਫ ਨੂੰ ਸਮਝਣਾ, ਤਾਰੀਫ ਕਿਸ ਨੂੰ ਕਹਿੰਦੇ ਨੇ? ਤਾਰੀਫ ਕਹਿੰਦੇ ਨੇ ਕਿਸੇ ਕੰਡੇ ਨੂੰ ਫੁੱਲ ਆਖ ਦੇਣਾ, ਇਹ ਕੰਡੇ ਦੀ ਤਾਰੀਫ ਹੈ। ਔਰ ਫੁੱਲ ਨੂੰ ਕੰਡਾ ਆਖ ਦੇਣਾ, ਇਹ ਫੁੱਲ ਦੀ ਨਿੰਦਾ ਹੈ। ਫੁੱਲ ਨੂੰ ਫੁੱਲ ਕਹਿਣ ਦੀ ਤਾਕਤ ਹੋਵੇ, ਕੰਡੇ ਨੂੰ ਕੰਡਾ ਕਹਿਣ ਦੀ ਤਾਕਤ ਹੋਵੇ। ਅਤੇ ਜੇ ਕਿਧਰੇ ਕੋਈ ਮਨੁੱਖ ਫੁੱਲ ਨੂੰ ਕੰਡਾ ਕਹਿ ਰਿਹਾ ਹੈ, ਕਿਸੇ ਮਨੁੱਖ ਦੀ ਨਿੰਦਾ ਕਰ ਰਿਹਾ ਹੈ, ਚੰਗੇ ਬੰਦੇ ਦੀ ਨਾ ਸੁਣਨਾ। ਔਰ ਕਿਸੇ ਦੀ ਕੋਈ ਤਾਰੀਫ ਕਰਦਾ ਪਿਆ ਹੈ ਇਤਨੀ ਵਧਾ ਚੜ੍ਹਾ ਕੇ, ਜਦੋਂ ਕਿ ਉਹ ਹੈ ਹੀ ਨਹੀਂ ਇਸ ਤਰ੍ਹਾਂ ਦਾ, ਕਹਿੰਦੇ ਤੂੰ ਉਹ ਬੋਲ ਵੀ ਤੂੰ ਨਾ ਸੁਣ। ਅਤੇ ਕਈ ਦਫ਼ਾ ਆਪ ਜੀ ਨੇ ਦੇਖਿਆ ਹੋਵੇਗਾ, ਰਾਜਨੀਤਿਕ ਮੰਚ 'ਤੇ ਐਸੇ ਐਸੇ ਬੋਲ ਲੋਕ ਬੋਲ ਜਾਂਦੇ ਨੇ ਕਿਸੇ ਨੇਤਾ ਦੇ ਪ੍ਰਤੀ, ਜਦੋਂ ਕਿ ਗੁਸਤਾਖੀ ਮਾਫ਼ ਇੱਕ ਵੀ ਗੁਣ ਨਹੀਂ ਹੁੰਦਾ ਉਹਦੇ ਵਿੱਚ, ਇੱਕ ਵੀ ਗੁਣ। ਕਦੇ ਤਾਂ ਕਹਿ ਜਾਣਗੇ ਗੁਣਾਂ ਦਾ ਸਾਗਰ ਹੈ, ਗੁਣਾਂ ਦਾ ਭੰਡਾਰ ਹੈ। ਬਸ ਇਸ ਗੱਲ ਤੋਂ ਕਿਤੇ ਰਹਿ ਜਾਂਦੇ ਨੇ ਕਿ ਇਹ ਖੁਦ ਹੀ ਰੱਬ ਹੈ, ਨਹੀਂ ਤਾਂ ਵਸਲੇ ਤਾਂ ਉਹ ਵੀ ਕਹਿ ਦੇਣਗੇ ਇਹ ਖੁਦ ਅਵਤਾਰੀ ਪੁਰਸ਼ ਹੈ, ਕਹਿ ਦੇਣ। ਕਿਸ ਵਾਸਤੇ? ਮੇਰੀ ਆਪਣੀ ਕੁਰਸੀ ਬਚੀ ਰਹੇ, ਮੇਰੀ ਆਪਣੀ ਸੀਟ ਬਚੀ ਰਹੇ ਬਸ। ਪਰ ਧਾਰਮਿਕ ਪੁਰਸ਼ ਕਦੇ ਨਹੀਂ ਕਹੇਗਾ। ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਬਾਬਰ ਨੂੰ, ਤੂੰ ਜਾਬਰ ਹੈ, ਕੀ ਲੋੜ ਹੈ ਉਹਨਾਂ ਨੂੰ ਕਹਿਣ ਦੀ, ਕੋਈ ਪਰਵਾਹ ਨਹੀਂ। ਪੈਰਾਂ ਬਾਝੋਂ ਚੱਲਣਾ, ਇਹ ਜੋ ਤੇਰੇ ਪੈਰ ਹਨ ਇਹ ਗਲਤ ਦਿਸ਼ਾ ਵਿੱਚ ਨਾ ਜਾਣ। ਵਿਣ ਹੱਥਾਂ ਕਰਨਾ, ਇਹ ਜਿਹੜੇ ਤੇਰੇ ਹੱਥ ਹਨ ਇਹਨਾਂ ਦੇ ਨਾਲ ਕੋਈ ਮੰਦੇ ਅਮਲ ਨਾ ਕਰ। ਜੀਭੇ ਬਾਝੋਂ ਬੋਲਣਾ, ਇਸ ਰਸਨਾ ਦੇ ਨਾਲ ਕੋਈ ਮਾੜੇ ਬੋਲ ਨਾ ਬੋਲ, ਕਿਉਂਕਿ ਇਸੇ ਰਸਨਾ ਦੇ ਨਾਲ ਤੂੰ ਪ੍ਰਭੂ ਦੇ ਗੀਤ ਗਾਏਗਾ। ਫਿਰ ਇਸੇ ਰਸਨਾ ਦੇ ਨਾਲ ਪ੍ਰਭੂ ਦੇ ਗੀਤ ਗਾਉਣ ਲਈ ਜਦੋਂ ਤੂੰ ਸੰਗਤ ਵਿੱਚ ਆਵੇਗਾ ਤਾਂ ਫਿਰ ਉਹੀ ਪੈਰ ਹੋਣਗੇ ਜੋ ਮੰਦੇ ਕੰਮ ਵਾਸਤੇ ਗਏ ਸੀ, ਉਹੀ ਪੈਰ ਫਿਰ ਸੰਗਤ ਵਿੱਚ ਆ ਰਹੇ ਨੇ। ਉਹੀ ਕੰਨ ਹਨ ਜੋ ਨਿੰਦਾ ਸੁਣ ਰਹੇ ਸੀ, ਫਿਰ ਉਹੀ ਕੰਨ ਗੁਰੂ ਦੇ ਬੋਲ ਸੁਣ ਰਹੇ ਨੇ, ਇਹ ਫਿਰ ਉਹੀ ਹਿਸਾਬ ਹੋ ਗਿਆ ਕਿ ਉਹਨਾਂ ਕੰਨਾਂ ਨਾਲ ਪ੍ਰਭੂ ਦੇ ਗੀਤ ਵੀ ਸੁਣ ਰਹੇ ਹਾਂ, ਉਹਨਾਂ ਕੰਨਾਂ ਨਾਲ ਨਿੰਦਾ ਵੀ ਸੁਣ ਰਹੇ ਹਾਂ, ਇਹਨਾਂ ਅੱਖਾਂ ਨਾਲ ਗੁਰੂ ਨੂੰ ਵੀ ਦੇਖ ਰਹੇ ਹਾਂ, ਇਹਨਾਂ ਅੱਖਾਂ ਦੇ ਨਾਲ ਬਦਫੈਲੀ ਵੀ ਦੇਖ ਰਹੇ ਹਾਂ। ਤਾਂ ਫਿਰ ਮੈਂ ਕਈ ਦਫ਼ਾ ਇਸ ਨੂੰ ਇਸ ਤਰ੍ਹਾਂ ਕਹਿ ਦਿੰਦਾ, ਬਈ ਮਨੁੱਖ ਦਾ ਜਿਹੜਾ ਮਨ ਹੈ ਉਹ ਇਸ ਤਰ੍ਹਾਂ ਦਾ ਥੈਲਾ ਹੈ ਕਿ ਜੋ ਥੈਲਾ ਬੀਬੀਆਂ ਦੇ ਕੋਲ ਆਉਂਦਾ ਹੈ ਪ੍ਰਭਾਤ ਫੇਰਿਆਂ ਵੇਲੇ, ਰਸਗੁੱਲੇ ਵੀ ਉਹਦੇ ਵਿੱਚ, ਸਮੋਸੇ ਵੀ ਉਹਦੇ ਵਿੱਚ, ਅਤੇ ਖੀਰ ਵੀ ਉਹਦੇ ਵਿੱਚ, ਅਤੇ ਜਲੇਬੀ ਵੀ ਉਹਦੇ ਵਿੱਚ, ਸਭ ਕੁਛ ਉਹਦੇ ਵਿੱਚ ਹੀ ਹੈ। ਅਤੇ ਜੇ ਕਿਧਰੇ ਉਸ ਨੂੰ ਖਾਣ ਦਾ ਜੀਵ ਕਰੀਏ ਤਾਂ ਇਹ ਪਤਾ ਨਹੀਂ ਲੱਗਦਾ ਕਿ ਪ੍ਰਸ਼ਾਦ ਖੱਟਾ ਹੈ ਕਿ ਮਿੱਠਾ ਹੈ। ਗੁਸਤਾਖੀ ਮਾਫ, ਮਨੁੱਖ ਦਾ ਮਨ ਵੀ ਉਹੀ ਹੈ, ਚੰਗੇ ਵਿਚਾਰ ਵੀ ਉਹਦੇ ਵਿੱਚ ਨੇ ਅਤੇ ਮੰਦੇ ਵਿਚਾਰ ਵੀ ਉਹਦੇ ਵਿੱਚ ਨੇ। ਸਾਹਿਬ ਕਹਿੰਦੇ ਨੇ ਨਹੀਂ, ਰੱਬ ਨਹੀਂ ਮਿਲੇਗਾ ਇਸ ਤਰ੍ਹਾਂ ਦਾ। ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਇਸ ਨੂੰ ਕਹਿੰਦੇ ਨੇ ਤੇਰੀਆਂ ਅੱਖਾਂ ਦੇਖ ਰਹੀਆਂ ਨੇ ਪਰ ਵਿਕਾਰਾਂ ਵੱਲੋਂ ਮਰ ਗਈਆਂ ਨੇ, ਕੰਨ ਤੇਰੇ ਸੁਣ ਰਹੇ ਨੇ ਪਰ ਨਿੰਦਾ ਪਾਸੋਂ ਬੋਲੇ ਹੋ ਗਏ ਨੇ, ਰਸਨਾ ਤੇਰੀ ਬੋਲ ਰਹੀ ਹੈ
पर गलत शब्दां करके एक गूंगी हो गई है। हाथ तेरे कम करदे पए ने पर माड़े मंदे अमलां करके ए टुंडे हो गए ने। नानक हुकम पछाण के मैं रब दा हुकम पछाण लिया तो खसमे मिलना मिलन हो गया। जे इत्थे मैं एक छोटा जिहा उदाहरण देवां, बहुत विस्तार विच नहीं ले जावांगा। एक मनुख कहिंदा है फकीर नूं कि मेरे तन भाग जो अज तू मेरे घर आया है। फकीर कहिंदा है मैं तेरे घर आया गुनाह बख्शाण वास्ते। वो मनुख कहिंदा है साईं जी की कह रहे हो, आप जी ने गुनाह किया तो फिर मेरे तो बख्शाण आ रहे हो? कहने लगे हाँ, क्योंकि नुकसान तेरा ही किया है तो गुनाह फिर तू ही बख्शेगा। नुकसान की किया है? कहने लगे तेरे बगीचे दे विचों एक फल टुटिया सी, वो फल नदी विच बह रहा सी, मैं चुक के खा लिया। ते अंतर आत्मा विचों आवाज़ आउंदी है कि मालक नूं पुछे बगैर तू सेव खा लिया है, इहदा दोषी तू है, उन्हूं पुछना चाहिए सी। तो मैं नदी दे कंडे कंडे तुरदा आया, फिर मैं तेरा बगीचा देखिया, फिर मैं तेरे घर की पड़ताल की, इत्थे मैं पहुंचा। तो वह मनुख की कहिंदा है कि इहदे वर्गा भद्र पुरश उत्तम पुरश और कित्थों लभेगा मैनू। तो उम्र भी हले छोटी है, फकीर बन गया है, क्यों ना मैं अपनी बेटी दे नाल इहदा विआह कर दवा। अज मौका भी है। तो फिर वो मनुख कहिंदा है एक शर्त ते तेरे गुनाह मैं बख्शांगा, जदों तू मेरी बेटी नाल विआह करेगा। तो फकीर कहिंदा है कि ये तो मैं होर ही फस गया जंजालां दे विच। खैर हामी भर लैंदा है फकीर। तो वो मनुख कहिंदा है एक गल दा ध्यान रखना, मेरी बेटी अन्नी भी है। फकीर कहिंदा है मेरा अपना जीवन वतीत होना कठिन हो रहा है, इहनूं कित्थे कित्थे लई फिरांगा अन्नी नूं। फिर भी वो हामी भरदा है मैनूं परवान है। कहिण लगे फिर गूंगी भी है? फकीर कहिंदा है ये तां होर ही मुसीबत आ गई, मैं गूंगी नूं भी परवान करदा। तो मनुख कहिंदा है फिर एक दो गल्लां होर भी सुन ले, वो लंगड़ी भी है ते बहरी भी है। फकीर कहिंदा हुण मैं फिर करना की इसनूं, जो लंगड़ी भी है गूंगी भी है बहरी भी है अन्नी भी है, मैं करना की है? फिर अंदरों आवाज़ आती है फकीर नूं, हे पुरखा ये मैं ही तो बनाए ने, भावें गूंगे ने लंगड़े ने लूले ने, ये मैं ही तो बनाए ने, जे तो मैं कबूल कर सकदा तू क्यों नहीं? जे तो मैं अपनी सृष्टि विच उसनूं रख सकदा तू अपने घर क्यों नहीं? तो वो फकीर कहिंदा है ठीक है मैं विआह करन लई तैयार। वो बच्ची अपने घरों आ रही है, चल के आ रही है, बहुत खूबसूरत है, बहुत सुलखनी है, देखती भी है सुनती भी है बोलती भी है, तो तुरदी हुई आ रही है। तो फकीर कहिंदा है उस मालिक नूं महाराज ये की होया, ये तो गल बिल्कुल ही पुठी हो गई, तो कहिया कुछ सी ये तो हो रही कुछ। तो वह बच्ची का पिता कहिंदा है मैं जो कुछ किया सी मैं 100% ठीक किया सी, ये अन्नी है, कदे इसने गलत तस्वीर नहीं देखी है, ये गूंगी है, इसने कदे गलत अल्फाज नहीं बोलिया, ये बैरी है, कदे किसी दे मंदे बोल नहीं सुने, ये लंगड़ी है, ये किते मंदे थां ते नहीं गई है, और बस जो मैं किया बिल्कुल ठीक किया। गुरु साहब जी यही कह रहे हैं जीवन तू इस तरह का बना तेनु रब मिल जाएगा, कुछ भी करन दी होर लोड़ नहीं। मंदे बोल ना बोल, मंदे कर्म ना सुन, मंदी तस्वीर ना देख, मंदी थां ते ना जा, मंदे कर्म ना कर, बस यही भगती का सब तो उत्तम सार है।
ਬਾਕੀ ਹੋਰ ਕੁਛ ਨਹੀਂ। ਦੂਜਾ ਸਲੋਕ ਗੁਰੂ ਅੰਗਦ ਦੇਵ ਸਾਹਿਬ ਦਾ ਕੀ ਕਰਨ, ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ। ਜਿਹੜਾ ਦਿਸ ਰਿਹਾ ਹੈ ਮੈਂ ਦੇਖ ਵੀ ਰਿਹਾ ਹੈ, ਜਿਹਦੀ ਸਿਫਤੋ ਸਲਾਹ ਮੈਂ ਸੁਣ ਰਿਹਾ ਕਿ ਉਹ ਹੈ, ਔਰ ਉਹ ਪ੍ਰਭੂ ਜੋ ਕਿਰਤ ਦੇ ਰਾਹੀਂ ਪ੍ਰਗਟ ਹੋ ਰਿਹਾ ਹੈ ਥਾਂ ਥਾਂ 'ਤੇ, ਫਿਰ ਐਸਾ ਪ੍ਰਭੂ ਮਿਲਦਾ ਕਿਉਂ ਨਹੀਂ, ਜੋ ਦਿਸ ਵੀ ਰਿਹਾ ਹੈ, ਜਿਸ ਨੂੰ ਸੁਣ ਵੀ ਰਹੇ ਹਾਂ, ਜੋ ਆਪਣੀ ਕਿਰਤ ਦੇ ਰਾਹੀਂ ਪ੍ਰਗਟ ਵੀ ਹੋ ਰਿਹਾ ਹੈ। ਕਿਸ ਤਰ੍ਹਾਂ, ਕਿਤੇ ਬਹੁਤ ਵੱਡਾ ਰਾਈਟਰ ਬਣ ਕੇ ਬੈਠਾ ਹੋਇਆ, ਕਿਤੇ ਬਹੁਤ ਵੱਡਾ ਮੂਰਤੀਕਾਰ ਬਣ ਕੇ ਬੈਠਾ ਹੋਇਆ, ਕਿਤੇ ਬਹੁਤ ਵੱਡਾ ਸੰਗੀਤਕਾਰ ਬਣ ਕੇ ਬੈਠਾ ਹੋਇਆ, ਫਿਰ ਵੀ ਮੈਨੂੰ ਕਿਉਂ ਨਹੀਂ ਦਿਸ ਰਿਹਾ। ਸਾਹਿਬ ਕਹਿੰਦੇ ਨੇ ਇਸ ਕਰਕੇ ਤੈਨੂੰ ਨਹੀਂ ਮਿਲ ਰਿਹਾ ਕਿ ਰੂਹਲਾ ਟੁੰਡਾ ਅੰਧਲਾ ਕਿਉਂਗਲ ਲੱਗੇ ਧਾਏ। ਇਹ ਉਹੀ ਗੱਲ ਹੈ ਕਿ ਕੋਈ ਮਨੁੱਖ ਰੂਹਲਾ ਹੋਵੇ ਪੈਰ ਨਾ ਹੋਣ, ਕੋਈ ਮਨੁੱਖ ਟੁੰਡਾ ਹੋਵੇ ਹੱਥ ਨਾ ਹੋਣ, ਔਰ ਉਹੀ ਮਨੁੱਖ ਅੰਧਲਾ ਵੀ ਹੋਵੇ ਅੱਖਾਂ ਨਾ ਹੋਣ, ਭਾਵੇਂ ਪੈਰ ਵੀ ਨਾ ਹੋਣ ਅਤੇ ਹੱਥ ਵੀ ਨਾ ਹੋਣ ਅਤੇ ਅੱਖਾਂ ਵੀ ਨਾ ਹੋਣ, ਇਹ ਤਿੰਨੋਂ ਨਾ ਹੋਣ। ਤਾਂ ਅੱਖਾਂ ਜੇ ਨਹੀਂ ਹਨ ਉਹ ਰੱਬ ਨੂੰ ਕਿਸ ਤਰ੍ਹਾਂ ਦੇਖੇਗਾ? ਫਿਰ ਜੇ ਕਿਧਰੇ ਉਹ ਉਸ ਅਸਥਾਨ 'ਤੇ ਪਹੁੰਚ ਵੀ ਗਿਆ, ਪਹੁੰਚੇਗਾ ਕਿਸ ਤਰ੍ਹਾਂ? ਕਿਉਂਕਿ ਪੈਰ ਹੀ ਨਹੀਂ ਹਨ ਉਹਦੇ, ਕਿਸ ਤਰ੍ਹਾਂ ਪਹੁੰਚੇਗਾ? ਪਰ ਜੇਕਰ ਕਿਸੇ ਦੇ ਸਾਰੇ ਦੇ ਨਾਲ ਪਹੁੰਚ ਵੀ ਗਿਆ ਔਰ ਖਬਰ ਵੀ ਮਿਲ ਗਈ ਕਿ ਹਾਂ ਇਹ ਰੱਬ ਦੀ ਇੱਕ ਬਹੁਤ ਵੱਡੀ ਜਿਉਂਦੀ ਜਗ ਦੀ ਇੱਕ ਮੂਰਤੀ ਬੈਠੀ ਹੈ, ਕਹਿੰਦੇ ਨੇ ਫਿਰ ਉਸਨੂੰ ਗਲਵਕੜੀ ਵਿੱਚ ਕਿਸ ਤਰ੍ਹਾਂ ਲਏਗਾ? ਕਿਉਂਕਿ ਉਹਦੇ ਤਾਂ ਬਾਹਾਂ ਵੀ ਨਹੀਂ ਹਨ, ਉਹਦੇ ਹੱਥ ਵੀ ਨਹੀਂ ਹਨ। ਥੋੜ੍ਹੀ ਦੇਰ ਲਈ ਇਹ ਸੋਚ ਲੈਣਾ ਕਿ ਸਾਡੇ ਕੋਲ ਭਾਵੇਂ ਅੱਖਾਂ ਹਨ, ਪੈਰ ਹਨ, ਹੱਥ ਵੀ ਹਨ, ਪਰ ਧਰਮ ਦੀ ਦੁਨੀਆਂ ਵਿੱਚ ਥੋੜ੍ਹੀ ਦੇਰ ਲਈ ਇਸ ਤਰ੍ਹਾਂ ਸੋਚ ਲੈਣਾ, ਸਾਡੇ ਕੋਲ ਅੱਖਾਂ ਵੀ ਨਹੀਂ ਹਨ, ਸਾਡੇ ਹੱਥ ਵੀ ਨਹੀਂ ਹਨ, ਸਾਡੇ ਪੈਰ ਵੀ ਨਹੀਂ ਹਨ, ਇਹ ਥੋੜ੍ਹੀ ਦੇਰ ਲਈ ਸੋਚ ਲਓ ਧਰਮ ਦੀ ਦੁਨੀਆ 'ਚ। ਆਪ ਜੀ ਨੇ ਕਹਿਣਾ ਹੈ ਗਿਆਨੀ ਜੀ ਫਿਰ ਤਾਂ ਰੱਬ ਨੂੰ ਮਿਲ ਹੀ ਨਹੀਂ ਸਕਦੇ, ਫਿਰ ਤਾਂ ਰੱਬ ਨੂੰ ਦੇਖ ਹੀ ਨਹੀਂ ਸਕਦੇ, ਫਿਰ ਤਾਂ ਰੱਬ ਦੇ ਦਰ ਤੱਕ ਪਹੁੰਚ ਹੀ ਨਹੀਂ ਸਕਦੇ, ਕਿਉਂਕਿ ਨਾ ਅੱਖਾਂ ਹਨ, ਨਾ ਹੱਥ ਹਨ, ਨਾ ਪੈਰ, ਕੀ ਕਰੀਏ ਫਿਰ? ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਤੂੰ ਪੈਰ ਵੀ ਤਿਆਰ ਕਰ ਸਕਦਾ ਹੈ, ਤੂੰ ਹੱਥ ਵੀ ਤਿਆਰ ਕਰ ਸਕਦਾ ਹੈ, ਤੂੰ ਅੱਖਾਂ ਵੀ ਤਿਆਰ ਕਰ ਸਕਦਾ ਹੈ, ਜੇ ਤੇਰੇ ਵਿੱਚ ਹਿੰਮਤ ਹੈ ਤਾਂ ਬੋਲ। ਔਰ ਧਿਆਨ ਦੇਣਾ ਕਿਸ ਤਰ੍ਹਾਂ ਹੱਥ ਤਿਆਰ ਹੋਣਗੇ, ਇਹ ਤਾਂ ਹੱਥ ਜਨਮ ਤੋਂ ਹੀ ਮਿਲਦੇ ਨੇ, ਪੈਰ ਜਨਮ ਤੋਂ ਹੀ ਮਿਲਦੇ ਨੇ, ਅੱਖਾਂ ਜਨਮ ਤੋਂ ਹੀ ਮਿਲਦੀਆਂ ਨੇ। ਸਾਹਿਬ ਕਹਿੰਦੇ ਹਨ ਦੁਨਿਆਵੀ ਤਲ 'ਤੇ ਮੰਨ ਲੈਂਦੇ ਹਾਂ ਅੱਖਾਂ ਜਨਮ ਤੋਂ ਮਿਲਦੀਆਂ ਨੇ, ਹੱਥ ਪੈਰ ਦੁਨੀਆਵੀ ਤਲ 'ਤੇ ਕਹਿ ਦਿੰਦੇ ਹਾਂ ਜਨਮ ਤੋਂ ਮਿਲਦੇ ਨੇ, ਲੇਕਿਨ ਧਰਮ ਦੀ ਦੁਨੀਆ ਵਿੱਚ ਤੁਸੀਂ ਹੱਥ ਵੀ ਤਿਆਰ ਕਰ ਸਕਦੇ ਹੋ, ਪੈਰ ਵੀ ਤਿਆਰ ਕਰ ਸਕਦੇ ਹੋ, ਅੱਖਾਂ ਵੀ ਤਿਆਰ ਕਰ ਸਕਦੇ ਹੋ ਧਰਮ ਦੀ ਦੁਨੀਆ 'ਚ। ਉਹ ਕਿਸ ਤਰ੍ਹਾਂ? ਧੰਨ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਨੇ ਬਹਿ ਕੇ ਚਰਨ, ਤੇਰੇ ਜੀਵਨ ਵਿੱਚ ਪਰਮਾਤਮਾ ਦੇ ਪ੍ਰਤੀ ਅਦਬ ਹੋਵੇ, ਡਰ ਹੋਵੇ, ਇਹਦੇ ਪੈਰ ਬਣਾ ਲਿਆ। ਅਦਬ ਪਰਮਾਤਮਾ ਦਾ, ਪਰਮਾਤਮਾ ਦਾ ਡਰ, ਜਿਤਨਾ ਅਦਬ ਹੋਵੇਗਾ ਪਰਮਾਤਮਾ ਦੇ ਪ੍ਰਤੀ, ਜਿਤਨਾ ਡਰ ਹੋਵੇਗਾ, ਜਿਤਨਾ ਖੌਫ ਹੋਵੇਗਾ, ਸਮਝ ਲੈਣਾ ਉਤਨੇ ਆਪ ਜੀ ਦੇ ਪੈਰ ਤਾਕਤਵਰ ਹਨ, ਆਪ ਜੀ ਸ਼ਿਖਰ 'ਤੇ ਵੀ ਚੜ੍ਹ ਸਕਦੇ ਹੋ, ਭਾਵੇਂ ਕਿਤਨੀ ਅਵਘਟ ਘਾਟੀ ਹੋਵੇ। ਕਿਉਂਕਿ ਕਬੀਰ ਸਾਹਿਬ ਨੇ ਕਹਿ ਦਿੱਤਾ ਕਿ ਇੱਕ ਅਵਘਟ ਘਾਟੀ ਰਾਮ ਕੀ ਤਹਿ ਚੜ੍ਹ ਰਹੇ ਹੋ ਕਬੀਰ। ਐਸੀ ਅਵਘਟ ਘਾਟੀ, ਬਸ ਇੱਕ ਕਬੀਰ ਪਹੁੰਚਿਆ, ਬਾਕੀ ਸਾਰੇ ਦੇ ਸਾਰੇ ਰਹਿ ਗਏ, ਕਿਉਂਕਿ ਉਹਨਾਂ ਦੇ ਕੋਲ ਪੈਰ ਨਹੀਂ ਸਨ। ਮੈਂ ਫਿਰ ਅਰਜ਼ ਕਰਾਂ,
ਦੁਨਿਆਵੀ ਪੈਰ ਤਾਂ ਸੀ ਪਰ ਪਰਮਾਤਮਾ ਦੇ ਅਦਬ ਦੇ ਪ੍ਰਤੀ ਉਹ ਪੈਰ ਨਹੀਂ ਸੀ, ਪਰਮਾਤਮਾ ਦਾ ਡਰ ਨਹੀਂ ਸੀ, ਪੈਰ ਮਜ਼ਬੂਤ ਨਹੀਂ ਹੋਏ। ਜਿਨ੍ਹਾਂ ਦੇ ਕੋਲ ਡਰ ਹੈ ਉਹਨਾਂ ਦੇ ਪੈਰ ਮਜ਼ਬੂਤ ਹੁੰਦੇ ਨੇ ਧਰਮ ਦੀ ਦੁਨੀਆ ਵਿੱਚ। ਉਹ ਕਹਿੰਦੇ ਨੇ ਸਾਨੂੰ ਡਰਨ ਦੀ ਲੋੜ ਹੀ ਨਹੀਂ ਹੈ, ਕਿਉਂ? ਕਿਉਂਕਿ ਪਰਮਾਤਮਾ ਦਾ ਅਦਬ ਰੱਖਿਆ, ਪਰਮਾਤਮਾ ਦਾ ਡਰ ਰੱਖਿਆ, ਕੋਈ ਗੁਨਾਹ ਨਹੀਂ ਹੋਇਆ, ਕੋਈ ਪਾਪ ਨਹੀਂ ਹੋਇਆ। ਔਰ ਜਦੋਂ ਕੋਈ ਪਾਪ ਨਹੀਂ ਹੋਇਆ ਤਾਂ ਡਰਨ ਦੀ ਲੋੜ ਹੀ ਨਹੀਂ ਹੈ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਕਿ ਸੋ ਡਰਦਾ ਜੋ ਪਾਪ ਕਮਾਣੇ, ਡਰਦਾ ਉਹ ਹੈ ਜੋ ਗੁਨਾਹ ਕਰਦਾ ਹੈ। ਜੋ ਗੁਨਾਹ ਕਰਦਾ ਹੀ ਨਹੀਂ ਬੇਪਰਵਾਹ ਹੋ ਕੇ ਡੋਲਦਾ ਹੈ, ਬੇਫਿਕਰ ਹੋ ਕੇ। ਤੋ ਪ੍ਰਭੂ ਦਾ ਡਰ ਹੋਵੇ ਇਹਦੇ ਪੈਰ ਬਣਾ, ਫਿਰ ਹੱਥ ਕਿਸ ਤਰ੍ਹਾਂ ਦੇ ਆਉਣ? ਕਹਿੰਦੇ ਨੇ ਕਰ ਭਾਵ ਕੇ, ਕਰ ਕਹਿੰਦੇ ਨੇ ਹੱਥ। ਪ੍ਰਭੂ ਦੇ ਨਾਲ ਪ੍ਰੇਮ ਹੋਵੇ ਇਹ ਹੱਥ ਬਣਾ। ਆਪ ਜੀ ਕਹਿੰਦੇ ਹੋ ਸਾਡੇ ਕੋਲ ਤਾਂ ਪ੍ਰੇਮ ਹੈ, ਰੱਬ ਦਾ ਪ੍ਰੇਮ ਹੈ, ਰੱਬ ਦੇ ਪ੍ਰਤੀ ਪ੍ਰੇਮ ਹੈ, ਔਰ ਇਤਨਾ ਪ੍ਰੇਮ ਹੈ ਕਿ ਰੱਬ ਦੇ ਪ੍ਰੇਮ ਦੇ ਪ੍ਰਤੀ ਸਭ ਕੁਝ ਛੱਡਣ ਲਈ ਤਿਆਰ ਹਾਂ। ਮੁਬਾਰਕ ਹੈ। ਪਰ ਪ੍ਰੇਮ ਕਿਸ ਨੂੰ ਕਹਿੰਦੇ ਨੇ? ਸਬੂਤ ਕੀ ਹੈ? ਆਪ ਜੀ ਰੱਬ ਨੂੰ ਪ੍ਰੇਮ ਕਰਦੇ ਹੋ, ਕੀ ਸਬੂਤ ਹੈ? ਆਪ ਜੀ ਨੇ ਕਹਿਣਾ ਹੈ ਉਹਦੀ ਯਾਦ ਵਿੱਚ ਬੈਠ ਕੇ ਕਦੇ ਕਦੇ ਆਂਸੂ ਵਹਾ ਲੈਂਦੇ ਹਾਂ, ਇਹੀ ਕਹਿਣਾ। ਉਹਦਾ ਕੀਰਤਨ ਸੁਣਦੇ ਹਾਂ, ਇਹੀ ਪ੍ਰੇਮ ਹੈ। ਉਹਦੀ ਕਥਾ ਸੁਣਦੇ ਹਾਂ, ਇਹੀ ਪ੍ਰੇਮ ਹੈ। ਔਰ ਉਹਦੇ ਦਰ ਦੀ ਸੇਵਾ ਕਰਦੇ ਹਾਂ, ਇਹੀ ਪ੍ਰੇਮ ਹੈ। ਪਰ ਇੱਕ ਗੱਲ ਚੇਤੇ ਰੱਖਣਾ, ਜਿਸ ਨੇ ਰੱਬ ਨੂੰ ਪ੍ਰੇਮ ਕੀਤਾ ਉਹ ਸਾਰੀ ਕਾਇਨਾਤ ਨੂੰ ਪ੍ਰੇਮ ਕਰਦਾ ਹੈ, ਪੂਰੀ ਮਖਲੂਕ ਨੂੰ ਪ੍ਰੇਮ ਕਰਦਾ ਹੈ। ਫਿਰ ਕਦੇ ਉਹ ਇਹ ਨਹੀਂ ਪੁੱਛਦਾ ਕਿ ਤੂੰ ਹਿੰਦੂ ਹੈ, ਕਿ ਤੂੰ ਸਿੱਖ ਹੈ, ਕਿ ਤੂੰ ਮੁਸਲਿਮ ਹੈ, ਕਿ ਤੂੰ ਈਸਾਈ ਹੈ, ਕਦੇ ਨਹੀਂ ਪੁੱਛਦਾ। ਉਹ ਇੱਕ ਜਾਨਵਰ ਨੂੰ ਵੀ ਉਤਨਾ ਹੀ ਪ੍ਰੇਮ ਦਿੰਦਾ ਹੈ ਜਿਤਨਾ ਇੱਕ ਪੰਛੀ ਨੂੰ ਦੇ ਰਿਹਾ ਹੈ, ਜਿਤਨਾ ਇੱਕ ਮਨੁੱਖ ਨੂੰ ਦੇ ਰਿਹਾ ਹੈ, ਔਰ ਜਿਤਨਾ ਬਨਸਪਤੀ ਨੂੰ ਦੇ ਰਿਹਾ ਹੈ, ਸਾਰਿਆਂ ਨੂੰ ਪ੍ਰੇਮ ਦੇ ਰਿਹਾ। ਔਰ ਆਪ ਜੀ ਨੂੰ ਖਬਰ ਹੈ ਕਿ ਬਨਸਪਤੀ ਵੀ ਪ੍ਰੇਮ ਕਬੂਲਦੀ ਹੈ, ਬਨਸਪਤੀ। ਔਰ ਅਜੋਕੇ ਵਿਗਿਆਨ ਨੇ ਕਿਹਾ ਕਿ ਇੱਕ ਪੌਦਾ ਤੁਸੀਂ ਲਗਾਓ, ਉਸਨੂੰ ਪ੍ਰੇਮ ਦੇ ਨਾਲ ਲਗਾਓ, ਪ੍ਰੇਮ ਦੇ ਨਾਲ ਪਾਣੀ ਦੇਵੋ, ਔਰ ਇੱਕ ਪੌਦਾ ਲਗਾਓ ਜਿਸਨੂੰ ਹਰ ਰੋਜ਼ ਨਫ਼ਰਤ ਦੇ ਨਾਲ ਪਾਣੀ ਦੇਵੋ, ਹਰ ਰੋਜ਼ ਕ੍ਰੋਧ ਵਿੱਚ ਆ ਕੇ ਫਿਰ ਪਾਣੀ ਦੇਵੋ। ਕਹਿੰਦੇ ਨੇ ਦੋਵੇਂ ਪੌਦੇ ਦੇਖਣਾ ਵੱਖਰੇ ਵੱਖਰੇ ਹੋਣਗੇ। ਕਿਉਂ? ਕਿਉਂਕਿ ਇੱਕ ਨੇ ਪ੍ਰੇਮ ਕਬੂਲਿਆ, ਇੱਕ ਨੇ ਨਫ਼ਰਤ ਕਬੂਲੀ ਹੈ। ਤੋ ਇਤਨੀ ਗੱਲ ਚੇਤੇ ਰੱਖਣਾ, ਪਰਮਾਤਮਾ ਪ੍ਰੇਮ ਹੈ। ਤੋ ਜਿਸਨੇ ਪ੍ਰਭੂ ਨੂੰ ਪ੍ਰੇਮ ਕੀਤਾ ਉਸਨੇ ਫਿਰ ਹਰ ਇੱਕ ਨੂੰ ਪ੍ਰੇਮ ਕੀਤਾ ਹੈ, ਹਰ ਇੱਕ ਨੂੰ ਮੁਹੱਬਤ ਕੀਤੀ ਹੈ। ਸਾਹਿਬ ਕਹਿੰਦੇ ਨੇ ਬਹਿ ਕੇ ਚਰਨ ਕਰ ਭਾਵ ਕੇ, ਹੱਥ ਤੇਰੇ ਭਾਵ ਦੇ ਹੋਣ, ਪ੍ਰੇਮ ਦੇ ਹੋਣ। ਇਸ ਕਰਕੇ ਕਈ ਦਫ਼ਾ ਮੈਂ ਇਹ ਵੀ ਅਰਜ਼ ਕਰਨਾ ਕਿ ਜੇ ਮੌਕਾ ਮਿਲੇ ਆਪਣੇ ਘਰ ਦੇ ਆਸੇ ਪਾਸੇ ਕੋਈ ਐਸਾ ਸਥਾਨ ਹੋਵੇ ਤਾਂ ਪੰਛੀਆਂ ਲਈ ਵੀ ਥੋੜ੍ਹੇ ਜਿਹੇ ਦਾਣੇ ਸੁੱਟ ਦਿਆ ਕਰੋ, ਪੰਛੀਆਂ ਲਈ ਵੀ। ਇਹ ਵੀ ਭਗਤੀ ਦਾ ਇੱਕ ਹਿੱਸਾ ਹੈ। ਗਰਮੀ ਦਾ ਮੌਸਮ ਹੋਵੇ, ਪਿਆਲੇ ਵਿੱਚ ਪਾਣੀ ਪਾ ਕੇ ਇੱਕ ਪਾਸੇ ਰੱਖ ਦੇਵੋ, ਪੰਛੀ ਆ ਕੇ ਪੀ ਲੈਣਗੇ। ਇਹ ਵੀ ਇੱਕ ਭਗਤੀ ਹੈ। ਕਿਉਂਕਿ ਜਿਸ ਦੇ ਕੋਲ ਪ੍ਰੇਮ ਹੈ ਉਹ ਇਹ ਨਹੀਂ ਦੇਖਦਾ ਕਿ ਮੈਂ ਪਸ਼ੂ ਵਾਸਤੇ ਕਰ ਰਿਹਾ, ਪੰਛੀ ਵਾਸਤੇ ਕਰ ਰਿਹਾ, ਨਹੀਂ। ਫਿਰ ਅੱਖਾਂ ਕਿਸ ਤਰ੍ਹਾਂ ਦੀ ਹੋਣ? ਕਹਿਣ ਲੱਗੇ ਲੋਇਣ ਸੁਰਤ ਕਰੇ। ਆਪ ਜੀ ਦੀ ਜਿਹੜੀ ਚੇਤਨਾ ਹੈ ਉਹ ਰੱਬ ਨਾਲ ਜੁੜੀ ਹੋਵੇ, ਨਿਰੰਕਾਰ ਨਾਲ ਜੁੜੀ ਹੋਵੇ, ਇਸ ਨੂੰ ਕਹਿੰਦੇ ਨੇ ਇਹਦੇ ਕੋਲ ਹੁਣ ਅੱਖਾਂ ਵੀ ਹਨ। ਸੁਰਤ ਜੁੜੀ ਹੋਵੇ ਇਹ ਅੱਖਾਂ ਨੇ, ਜੀਵਨ ਵਿੱਚ ਪ੍ਰੇਮ ਹੋਵੇ ਇਹ ਹੱਥ ਨੇ, ਜੀਵਨ ਵਿੱਚ ਪਰਮਾਤਮਾ ਦੇ ਪ੍ਰਤੀ ਅਦਬ ਹੋਵੇ ਇਹ ਪੈਰ ਨੇ। ਤਿੰਨ ਹੋ ਗਏ, ਹੱਥ ਵੀ ਹੋ ਗਏ, ਪੈਰ ਵੀ ਹੋ ਗਏ, ਅੱਖਾਂ ਵੀ ਹੋ ਗਈਆਂ। ਔਰ ਜੇਕਰ ਇਹ ਨਹੀਂ ਹਨ ਫਿਰ ਕੋਈ ਗੱਲ ਨਹੀਂ ਬਣੇਗੀ, ਭਾਵੇਂ ਜਿਤਨਾ ਮਰਜ਼ੀ ਕੁਛ ਮਨੁੱਖ ਜ਼ੋਰ ਲਗਾਉਂਦਾ ਰਹੇ, ਗੱਲ ਨਹੀਂ ਬਣੇ। ਇੱਕ ਛੋਟੀ ਜਿਹੀ ਹਾਸੀ ਗੱਲ ਆਪ ਜੀ ਨੂੰ ਮੈਂ ਪਹਿਲਾਂ ਸੁਣਾਈ ਸੀ। ਤਿੰਨ ਬੰਦੇ ਜਾ ਰਹੇ ਨੇ,
एक गंजा है, एक अन्ना है, तीजा लंगड़ा है। एक दे सिर ते वाल नहीं हैं, दूजे दियां अखां नहीं हैं, तीजे दे पैर ही नहीं हैं। ते इन्नी देर दे विच एक बच्चा मोटरसाइकिल लैके उधरों लंघदा है बड़े जोर दी स्पीड दे नाल। ते वो गंजा की कहिंदा है कि इसनों तां शुद्ध बुद्ध ही नहीं है, गड्डी किवें चलांदे ने इतनी जोर दे नाल कि सारी मिट्टी घटा मेरे वालों में पै गई है, जदों कि एक भी वाल नहीं उहदे सिर ते, मेरे वाल खराब होए। तो लंगड़ा की कहिंदा है जे इजाजत दवो तो मैं दौड़ के इसनों पकड़ लवां। हुण वो दौड़ के किस तरह पकड़ेगा, वो पैर भी नहीं हैं। तो तीजा जिहड़ा अन्ना सी वह कहिंदा दौड़न की लोड़ ही नहीं है, मैं तो नंबर नोट कर लेने, कहिंदा जाण की लोड़ ही नहीं किथे भी, वो की नंबर नोट करेगा, अखा ही नहीं उहदियां। धर्म की यही गल है, तेरे को अखा नहीं हैं की देखेगा, तेरे को हथ नहीं हैं तो की गल वकड़ी पावेगा, तेरे को पैर नहीं हैं तो किस तरह जाएगा। तो साहब कहते हैं परमात्मा का अदब ए पैर, परमात्मा नू प्रेम ए हथ, और सुरती नू रब नाल जोड़ के रखना ए अखा ने। नानक कहे सियाणी है एवं कंत मिलावा होए। हे जीव स्त्री है, मैं दावे नाल तेनू कहनी हाँ तेरा मिलन प्रभु नाल हो जाएगा। दुनिया की कोई ताकत तेनू नहीं रोकेगी, कोई ताकत।